ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜਸਕਰਨ ਸਿੰਘ, ਅਤੇ ਹੁਣ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜਿਹੜੀ ਡੂਲਿੰਗੋ ਐਪ ਆ ਉਹ ਕਾਈਂਡ ਆਫ ਆਈਲੈਟਸ ਨੂੰ ਰਿਪਲੇਸ ਕਰ ਰਹੀ ਆ ਟੈਂਪਰਲੀ, ਕਿਉਂਕਿ ਜਿਹੜੇ ਹੁਣ ਟੈਸਟ ਨੇ ਆਈਲੈਟਸ ਦੇ ਉਹ ਨਹੀਂ ਹੋ ਰਹੇ, ਕਿਉਂਕਿ ਇੰਡੀਆ ਵਿੱਚ ਜਿਹੜਾ ਬੈਨ ਲੱਗਾ ਹੋਇਆ ਵਾ, ਕਰਫਿਊ ਆ, ਅਤੇ ਕੈਨੇਡਾ 'ਚ ਵੀ ਕਾਫੀ ਜਿਹੜੇ ਹਾਲਾਤ ਸਹੀ ਨਹੀਂ ਗਏ, ਤਾਂ ਉਹਦੇ ਕਰਕੇ ਡੂਲਿੰਗੋ ਐਪ ਆ ਜਿਹੜੀ ਉਹ ਇਨਫੈਕਟ ਆ ਗਈ ਆ, ਅਤੇ ਉਹ ਜਿਹੜੇ ਬਹੁਤ ਸਾਰੇ ਕੈਨੇਡਾ ਦੇ ਕੋਲਜਸ ਨੇ ਉਹਨਾਂ ਦੀ ਲਿਸਟ ਵਿੱਚ ਆ ਗਏ ਨੇ, ਪਰ ਕੈਨੇਡੀਅਨ ਇਮੀਗ੍ਰੇਸ਼ਨ ਆ ਉਹ ਇਹਨੂੰ ਅਸੈਪਟ ਕਰ ਰਹੀ ਹੈ ਕਿ ਨਹੀਂ ਕਰ ਰਹੀ। ਤਾਂ ਮੇਰੇ ਮਨ ਦੇ 'ਚ ਬਹੁਤ ਵੱਡਾ ਸਵਾਲ ਸੀ ਇਹ ਕਿ ਜੇਕਰ ਆਪਾਂ ਕਾਲਜ 'ਚ ਅਪਲਾਈ ਕਰਤਾ, ਕਾਲਜ ਡਿਫਰੈਂਟ ਆ, ਕਾਲਜ ਨੇ ਅਸੈਪਟ ਕਰ ਲਿਆ ਕਰ ਲਿਆ, ਕੀ ਕੈਨੇਡਾ ਇਮੀਗ੍ਰੇਸ਼ਨ ਜਿਹੜੀ ਆ ਉਹ ਅਸੈਪਟ ਕਰ ਰਹੀ ਹੈ ਇਹਨੂੰ ਕਿ ਨਹੀਂ ਕਰ ਰਹੀ। ਤਾਂ ਇਹਦੇ ਰਿਲੇਟਡ ਮੁੜ ਕੇ ਮੈਂ ਜਿਹੜੀ ਕਾਲਜਸ ਦੀ ਵੈਬਸਾਈਟ ਆ ਉੱਥੇ ਜਾ ਕੇ ਚੈੱਕ ਕੀਤਾ, ਥੋੜ੍ਹੀ ਜਿਹੀ ਇਨਫੋਰਮੇਸ਼ਨ ਉੱਥੋਂ ਮਿਲੀ, ਫਿਰ ਮੈਂ ਸੈਟਿਸਫਾਈ ਨਹੀਂ ਹੋਇਆ ਉਹਨਾਂ ਦੀ ਇਨਫੋਰਮੇਸ਼ਨ ਤੋਂ ਵੀ, ਤਾਂ ਫਿਰ ਮੈਂ ਡੂਲਿੰਗੋ ਐਪ ਵਾਲੀ ਸੀਗੇ ਉਹਨਾਂ ਨਾਲ ਮੈਂ ਗੱਲ ਕੀਤੀ, ਤਾਂ ਮੈਂ ਕੈਨੇਡਾ ਵਾਲੀ ਜਿਹੜੀ ਵੈਬਸਾਈਟ ਆਫੀਸ਼ੀਅਲ ਆਪਣੀ ਉਹਦੇ 'ਤੇ ਚੈੱਕ ਕੀਤਾ, ਤਾਂ ਉੱਥੋਂ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਡੂਲਿੰਗੋ ਐਪ ਬਾਰੇ। ਉੱਥੇ ਸਿਰਫ ਆਈਲੈਟਸ, ਟੋਫਲ ਜਿਹੜੀਆਂ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਮੇਨ, ਉਹਨਾਂ ਬਾਰੇ ਲਿਖਿਆ ਸੀਗਾ, ਪਰ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਆ ਡੂਲਿੰਗੋ ਐਪ ਵਾਲਿਆਂ ਵੱਲੋਂ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਉਹਨਾਂ ਨੇ ਕੀ ਕਿਹਾ ਵਾ। ਅਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਆਪਣੀ ਅੱਜ ਦੀ ਵੀਡੀਓ। ਅਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਡੂਲਿੰਗੋ ਐਪ ਹੈਗੀ ਆ, ਤਾਂ ਇਹ ਇੱਕ ਅਜਿਹੀ ਐਪ ਆ ਜਿਹਦੇ ਵਿੱਚ ਤੁਸੀਂ ਆਈਲੈਟਸ ਅਕੋਰਡਿੰਗ ਆਪਣਾ ਟੈਸਟ ਦੇ ਸਕਦੇ ਹੋ, ਜਿਵੇਂ ਤੁਸੀਂ ਆਈਲੈਟਸ 'ਚ ਟੈਸਟ ਦਿੰਦੇ ਹੋ ਓਵੇਂ ਜਿਹੜਾ ਟੈਸਟ ਵਾ ਇਹਦੇ ਵਿੱਚ ਤੁਸੀਂ ਦੇ ਸਕਦੇ ਹੋ। ਪਰ ਇਹ ਸਿਰਫ ਔਨਲਾਈਨ ਹੁੰਦੇ ਆ, ਤਾਂ 2 ਘੰਟੇ ਦਾ ਆਈ ਥਿੰਕ ਟੈਸਟ ਹੁੰਦਾ ਵਾ, 2 ਘੰਟੇ ਦਾ, 1.5 ਘੰਟੇ ਦਾ, ਤਾਂ ਉਹ ਟੈਸਟ ਤੁਸੀਂ ਘਰੇ ਬਹਿ ਕੇ ਦੇਣਾ ਹੁੰਦਾ ਵਾ, ਅਤੇ ਇਹਦੇ ਥੋੜ੍ਹੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਤਾਂ ਇਹਦੇ ਵਿੱਚ ਤੁਸੀਂ ਜਿਹੜੀ ਆਪਣੀ ਤਿਆਰੀ ਵੀ ਕਰ ਸਕਦੇ ਹੋ ਐਗਜ਼ਾਮ ਦੀ, ਜਾਂ ਕੁਛ ਵੀ ਤੁਸੀਂ ਆਈਲੈਟਸ ਬਾਰੇ ਪੜ੍ਹਨਾ ਵਾ, ਜਾਂ ਤੁਸੀਂ ਇੰਗਲਿਸ਼ ਸਿੱਖਣੀ ਆ, ਉਹ ਸਭ ਕੁਝ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ। ਅਤੇ ਪਰ ਹੁਣ ਜਿਹੜੀ ਮੇਨ ਗੱਲ ਹੈਗੀ ਆ ਉਹ ਹੈਗੀ ਆ ਕਿ ਕੀ ਕੈਨੇਡਾ ਇਮੀਗ੍ਰੇਸ਼ਨ ਨੂੰ ਅਸੈਪਟ ਕਰ ਰਹੀ ਹੈ ਕਿ ਨਹੀਂ ਕਰ ਰਹੀ। ਤਾਂ ਮੈਂ ਜਿਹੜੀ ਗੱਲ ਕੀਤੀ ਸੀਗੀ ਉਹਨਾਂ ਦੇ ਨਾਲ, ਤੁਸੀਂ ਉਹ ਸਕਰੀਨ 'ਤੇ ਤੁਹਾਨੂੰ ਮੈਸੇਜ ਦਿਖ ਜਾਣਗੇ ਜੋ ਉਹਨਾਂ ਨੇ ਮੈਨੂੰ ਕਿਹਾ ਵਾ। ਤਾਂ ਜਿਹੜਾ ਉਹ ਬੰਦਾ ਸੀਗਾ, ਤਾਂ ਉਹਨੂੰ ਮੈਂ ਪੁੱਛਿਆ ਵੀ ਕੈਨੇਡਾ, ਮੈਂ ਹੁਣ ਤੁਹਾਡੀ ਜਿਵੇਂ ਉਹਨੂੰ ਮੈਂ ਪੁੱਛਿਆ ਕਿ ਜਿਵੇਂ ਤੁਹਾਡੇ ਕਾਲਜਸ ਨੇ, ਤਾਂ ਉਹਦੇ ਵਿੱਚ ਮੈਂ ਲਿਸਟ ਦੇਖੀ ਆ ਕੈਨੇਡਾ ਦੇ ਬਹੁਤ ਸਾਰੇ ਕਾਲਜਸ ਨੇ ਜਿਨ੍ਹਾਂ ਦਾ ਨਾਮ ਉਹਦੇ ਵਿੱਚ ਲਿਖਿਆ ਵਾ, ਪਰ ਕੀ ਕੈਨੇਡਾ ਇਮੀਗ੍ਰੇਸ਼ਨ ਜਿਹੜੀ ਆ ਉਹ ਅਸੈਪਟ ਕਰ ਰਹੀ ਆ। ਜਿਵੇਂ ਹੁਣ ਤੁਸੀਂ ਸਕਰੀਨ 'ਤੇ ਜਿਹੜਾ ਮੈਸੇਜ ਦੇਖ ਰਹੇ ਹੋ ਇਹ ਮੈਸੇਜ ਉਹਨਾਂ ਵੱਲੋਂ ਆਇਆ ਵਾ, ਤਾਂ ਉਹਨਾਂ ਨੇ ਮੈਨੂੰ ਕਿਹਾ ਵਾ ਕਿ ਰਾਈਟ ਨਾਓ ਅਸੀਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਜਿਹੜੀਆਂ ਕੈਨੇਡਾ ਦੇ ਕਾਲਜਸ ਨੇ ਉਹ ਅਸੈਪਟ ਕਰ ਰਹੇ ਨੇ ਜਿਹੜਾ ਆਪਣਾ ਸਾਡਾ ਟੈਸਟ ਵਾ, ਅਸੈਪਟ ਕਰ ਰਹੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਅੰਬੈਸੀ ਉਹ ਤੁਹਾਨੂੰ ਵੀਜ਼ਾ ਦੇ ਦੂਗੀ। ਤਾਂ ਉਹਨਾਂ ਨੇ ਸਿੱਧਾ ਕਹਿ ਦਿੱਤਾ ਵਾ ਕਿ ਸ਼ਿਓਰ ਨਹੀਂਗਾ ਅੰਬੈਸੀ ਤੁਹਾਨੂੰ ਵੀਜ਼ਾ ਨਹੀਂ ਦੇਊਗੀ, ਕਿਉਂਕਿ ਉਹਨਾਂ ਦੀ ਵੈਬਸਾਈਟ ਆ ਜਿਹੜੀ ਕੈਨੇਡਾ ਦੀ ਉਹਦੇ ਉੱਤੇ ਸਾਫ਼ ਲਿਖਿਆ ਵਾ ਸਿਰਫ ਆਈਲੈਟਸ ਟੋਫਲ ਇਹੀ ਅਸੈਪਟ ਨੇ। ਅਤੇ ਨਾਲ ਦਿਆਂ ਤੁਹਾਨੂੰ ਇੱਕ ਮੈਂ ਹੋਰ ਸਕਰੀਨਸ਼ੋਟ ਦਿਖਾਉਂਦਾ ਵਾ ਜਿਹੜਾ ਹੈਗਾ ਵਾ ਫੈਂਸ਼ੋ ਕਾਲਜ ਦਾ, ਅਤੇ ਜਿਹੜਾ ਫੈਂਸ਼ੋ ਕਾਲਜ ਆ ਲੰਡਨ ਦੇ ਵਿੱਚ ਆ, ਉਹਨਾਂ ਨੇ ਵੀ ਕਿਹਾ ਵਾ ਕਿਉਂਕਿ ਜਿਹੜੇ ਆਪਾਂ ਇੰਡੀਆ 'ਚ ਰਹਿੰਦੇ ਹਾਂ ਤਾਂ ਆਪਾਂ SDS ਸਟ੍ਰੀਮ ਆ ਜਿਹੜੀ ਉਹਦੇ ਥਰੂ ਆਪਾਂ ਅਪਲਾਈ ਕਰਦੇ ਹਾਂ। ਜੇਕਰ ਤੁਸੀਂ ਸਟ੍ਰੀਮਸ ਬਾਰੇ ਜਾਣਨਾ ਚਾਹੁੰਦੇ ਹੋ ਵੀਡੀਓ ਦਾ ਲਿੰਕ ਮੈਂ ਉੱਪਰ ਦੇ ਦਿੰਦਾ, ਉੱਥੇ ਜਾ ਕੇ ਚੈੱਕ ਕਰ ਲਿਓ SDS ਕੀ ਹੁੰਦੀ ਆ। ਤਾਂ ਜਿਹੜੀ SDS ਸਟ੍ਰੀਮ ਆ, ਜੇ ਤੁਸੀਂ ਉਹਦੇ ਰਾਹੀਂ ਵੀਜ਼ਾ ਅਪਲਾਈ ਕਰਦੇ ਹੋ ਤਾਂ ਉਹ ਵੀਜ਼ੇ ਲਈ ਸਿਰਫ ਆਈਲੈਟਸ ਹੀ ਚੱਲਦੀ ਆ। ਤਾਂ ਫੈਂਸ਼ੋ ਕਾਲਜ ਨੇ ਆਪਣੀ ਵੈਬਸਾਈਟ ਉੱਤੇ ਮੈਂਸ਼ਨ ਕੀਤਾ ਵਾ ਕਿ SDS ਸਟ੍ਰੀਮ ਲਈ ਇਹ ਐਲੀਜੀਬਲ ਨਹੀਂ ਗੇ, ਤੁਸੀਂ ਜੇਕਰ ਤੁਸੀਂ ਇੰਡੀਆ ਤੋਂ ਆ ਰਹੇ ਹੋ ਤਾਂ ਤੁਸੀਂ ਆਈਲੈਟਸ ਦਾ ਟੈਸਟ ਹੀ ਦੇ ਕੇ ਆ ਸਕਦੇ ਹੋ, ਹੋਰ ਕੋਈ ਟੈਸਟ ਅਸੈਪਟ ਨਹੀਂ ਹੈਗਾ ਜੇਕਰ ਤੁਸੀਂ SDS ਸਟ੍ਰੀਮ ਰਾਹੀਂ ਆ ਰਹੇ ਹੋ। ਪਰ ਜਿਹੜੇ ਡੂਲਿੰਗੋ ਵਾਲੇ ਨੇ ਉਹਨਾਂ ਨੇ ਸਿੱਧਾ ਕਿਹਾ ਵਾ ਕਿ ਜਿਹੜੀ ਅੰਬੈਸੀ ਆ ਉਹ ਅਸੈਪਟ ਨਹੀਂ ਕਰੂਗੀ। ਤਾਂ ਕਰਕੇ ਤੁਸੀਂ ਆਪਣੇ ਪੈਸੇ ਬਰਬਾਦ ਕਰਨ ਤੋਂ ਪਹਿਲਾਂ ਇੱਕ ਵਾਰੀ ਧਿਆਨ ਨਾਲ ਸੋਚਿਓ। ਅਤੇ ਡੂਲਿੰਗੋ ਜਿਹੜੀ ਐਪ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸੀਗਾ ਕਿ ਆਪਣੀ ਫਾਈਲ ਲਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਅੰਬੈਸੀ ਆ ਉਹਦੇ ਨਾਲ ਗੱਲ ਕਰਿਓ ਕਿ ਉਹ ਅਸੈਪਟ ਕਰ ਰਿਹਾ ਕਿ ਨਹੀਂ ਕਰ ਰਹੇ, ਕਿਉਂਕਿ ਮੁੜ ਕੇ ਤੁਸੀਂ ਸਾਨੂੰ ਕਹੋਗੇ ਵੀ ਸਾਡਾ ਅਸੈਪਟ ਨਹੀਂ ਹੋਇਆ, ਸਾਡੇ ਪੈਸੇ ਖਰਾਬ ਹੋ ਗਿਆ, ਤਾਂ ਸਾਡੀ ਇਹਦੇ ਵਿੱਚ ਕੋਈ ਰਿਸਪੋਂਸੀਬਿਲਟੀ ਨਹੀਂ ਗੀ। ਤੁਸੀਂ ਆਪਣਾ ਸੋਚ ਕੇ ਆਪ ਕਰਨਾ ਵਾ, ਅਸੀਂ ਸਿਰਫ ਤੁਹਾਨੂੰ ਇਹ ਦੱਸ ਸਕਦੇ ਹਾਂ ਵੀ ਹਾਂਜੀ ਜਿਹੜੇ ਕਾਲਜਸ ਨੇ ਉਹ ਅਸੈਪਟ ਕਰ ਰਹੇ ਨੇ ਪਰ ਅੰਬੈਸੀ ਅਸੈਪਟ ਨਹੀਂ ਕਰਦੀ, ਤਾਂ ਤੁਸੀਂ ਆਪਣੇ ਪੈਸੇ ਬਰਬਾਦ ਨਾ ਕਰ ਦਿਓ। ਕਿਉਂਕਿ ਮੈਂ ਵੀਡੀਓਜ਼ ਦੇਖਿਆ ਸੀਗੀ ਇਹਦੇ ਵਿੱਚ ਉਹ ਲਿਸਟ ਦਿਖਾ ਰਹੇ ਸੀ ਕਿ ਵੀ ਆਹ ਕਾਲਜ ਅਸੈਪਟ ਕਰ ਰਿਹਾ ਵਾ, ਆਹ ਕਾਲਜ ਅਸੈਪਟ ਕਰ ਰਿਹਾ ਵਾ, ਤਾਂ ਮੈਨੂੰ ਲੱਗਾ ਵੀ ਚਲੋ ਬਹੁਤ ਵਧੀਆ ਨਾ ਹੋ ਗਿਆ ਵਾ, ਚਲੋ ਵੀ ਘਰੇ ਬਹਿ ਕੇ ਤੁਸੀਂ ਟੈਸਟ ਦੇ ਸਕਦੇ ਹੋ। ਪਰ ਜਦੋਂ ਮੈਂ ਦੇਖਿਆ ਕਿ ਨੋਰਮਲ ਜੀ ਵੈਬਸਾਈਟ ਆ, ਕਿਵੇਂ ਜਿਹੜੀ ਐਡੇ ਵੱਡੇ ਕਾਲਜਸ ਨੇ, ਚੱਲ ਕਾਲਜਸ ਲੈ ਸਕਦੇ ਨੇ ਪਰ ਕੈਨੇਡਾ ਅੰਬੈਸੀ ਹੈ ਜਿਹੜੀ ਉਹ ਕਿਵੇਂ ਇਸ ਚੀਜ਼ ਨੂੰ ਅਪਰੂਵਲ ਦੇ ਸਕਦੀ ਆ ਵੀ ਤੁਸੀਂ ਘਰੇ ਬਹਿ ਕੇ ਟੈਸਟ ਦੇ ਰਹੇ ਹੋ, ਅਤੇ ਉਹਦੇ ਵਿੱਚ ਕੋਈ ਫਰੋਡ ਨਹੀਂ ਹੋਊਗਾ, ਕਿਉਂਕਿ ਆਪਣੇ ਤੁਹਾਨੂੰ ਪਤਾ ਇੰਡੀਆ ਵਿੱਚ ਤਾਂ ਆਈਲੈਟਸ 'ਚ ਵੀ ਫਰੋਡ ਚੱਲਦੇ ਨੇ, ਅਤੇ ਇਹ ਤਾਂ ਫਿਰ ਵੀ ਇੱਕ ਔਨਲਾਈਨ ਐਪ ਆ, ਇਹਦੇ ਵਿੱਚ ਕਿਉਂ ਨਾ ਕੁਛ ਹੋਊਗਾ। ਡੂਲਿੰਗੋ ਐਪ ਆ ਜਿਹੜੀ ਉਹਨਾਂ ਨੇ ਆਪ ਕਿਹਾ ਵਾ ਕਿ ਅਸੀਂ ਇਸ ਟਾਈਮ ਤੁਹਾਨੂੰ ਕੋਈ ਸ਼ਿਓਰਟੀ ਨਹੀਂ ਦੇ ਸਕਦੇ ਵੀ ਤੁਹਾਡੀ ਜਿਹੜੀ ਅੰਬੈਸੀ ਆ ਉਹ ਇਸ ਚੀਜ਼ ਨੂੰ ਅਪਰੂਵਲ ਦੇ ਰਹੀ ਆ, ਕਿਉਂਕਿ ਅੰਬੈਸੀ ਵਾਲਿਆਂ ਨੇ ਸਿੱਧਾ ਕਿਹਾ ਵਾ ਕਿ ਰਾਈਟ ਨਾਓ ਜੇਕਰ ਤੁਸੀਂ SDS ਸਟ੍ਰੀਮ ਰਾਹੀਂ ਅਪਲਾਈ ਕਰ ਰਹੇ ਹੋ ਤਾਂ ਓਨਲੀ ਆਈਲੈਟਸ ਲਈ ਹੀ ਤੁਸੀਂ ਐਲੀਜੀਬਲ ਹੋ। ਜੇਕਰ ਤੁਸੀਂ ਆਈਲੈਟਸ ਦਾ ਟੈਸਟ ਦਿੱਤਾ ਵਾ ਤੁਸੀਂ ਤਾਂ ਹੀ ਐਲੀਜੀਬਲ ਹੋ। SDS ਹੁੰਦੀ ਆ ਸਟੂਡੈਂਟ ਡਾਇਰੈਕਟ ਸਟ੍ਰੀਮ, ਤਾਂ ਉਹ ਜਿਹੜੀ ਹੁੰਦੀ ਆ ਉਹਨੂੰ ਟਾਈਮ ਘੱਟ ਲੱਗਦਾ ਵਾ, ਜਿਹੜੇ ਦੂਜੀ
ਪੈਸੇ ਰੁੱਖਾਂ 'ਤੇ ਨਹੀਂ ਲੱਗਦੇ, ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਤਾਂ ਕਰਕੇ ਮੈਂ ਸੋਚਿਆ ਚਲੋ ਤੁਹਾਨੂੰ ਇਨਫੋਰਮੇਸ਼ਨ ਦੇ ਦਾਂ ਜਿਹੜੀ ਮੈਨੂੰ ਮਿਲੀ ਆ. ਅਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ, ਅਤੇ ਆਪਣੇ ਪੈਸੇ ਬਚਾ ਕੇ ਰੱਖਿਓ, ਅਤੇ ਕੋਈ ਵੀ ਤੁਸੀਂ ਕਰਨਾ ਵਾ ਆਈਲੈਟਸ ਦਾ ਟੈਸਟ ਹੀ ਦਿਓ, ਕਿਉਂਕਿ ਉਹ ਜਿਹੜਾ ਆਪਾਂ ਨੂੰ 100% ਸ਼ਿਓਰਟੀ ਹੈ ਕਿ ਆਈਲੈਟਸ ਦਾ ਟੈਸਟ ਵਾ ਜਿਹੜਾ, ਉਹਦੇ ਨਾਲ ਤੁਸੀਂ ਕੈਨੇਡਾ ਵਿੱਚ ਆ ਸਕਦੇ ਹੋ. ਉਹ ਜਿਹੜਾ ਟੈਸਟ ਵਾ ਉਹ ਵੈਲਿਡ ਆ, ਹਰ ਥਾਂ 'ਤੇ ਚੱਲਦਾ ਉਹ. ਪਰ ਜਿਹੜਾ ਡਿਊਲਿੰਗੋ ਆ ਉਹ ਟੈਸਟ ਜਿਹੜਾ ਵਾ ਮੈਨੂੰ ਨਹੀਂ ਲੱਗਦਾ ਕਿ ਅੰਬੈਸੀ ਵਿੱਚ ਚੱਲਦਾ ਵਾ, ਜਿਵੇਂ ਕਿ ਡਿਊਲਿੰਗੋ ਐਪ ਵਾਲੇ ਨੇ ਆਪ ਹੀ ਕਿਹਾ ਵਾ ਕਿ ਨਹੀਂ ਚੱਲਦਾ. ਤਾਂ ਇਹ ਸੀਗੀ ਆਪਣੀ ਅੱਜ ਦੀ ਵੀਡੀਓ, ਅਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਜਾ ਕੇ ਕਰ ਲਓ ਸਬਸਕ੍ਰਾਈਬ, ਅਤੇ ਨਾਲ ਦੀ ਨਾਲ ਬੈਲ ਲਾਈਕਨ ਨੂੰ ਦਬਾਉਣਾ ਨਾ ਭੁੱਲਿਓ, ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਆ ਤੁਹਾਨੂੰ ਨਾਲ ਦੀ ਨਾਲ ਮਿਲ ਜੇ. ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ. ਅੱਜ ਦੇ ਲਈ ਇੰਨਾ ਹੀ, ਬਾਏ ਬਾਏ.